ਦੋਸਤੋ ਤੁਸੀਂ ਦੇਖ ਰਹੇ ਹੋਵੋਗੇ ਕਿ ਕਰਫਿਊ ਦੌਰਾਨ ਅਤੇ ਪੂਰਾ ਇੰਡੀਆ ਲੋਕਡਾਊਨ ਹੋਇਆ ਤੁਸੀਂ ਦੇਖ ਰਹੇ ਹੋਵੋਗੇ ਕਿ ਇਹ ਟ੍ਰੇਨ ਕਿਸ ਤਰ੍ਹਾਂ ਚੱਲ ਪਈ। ਇਹ ਟ੍ਰੇਨ ਅਸਲ ਦੇ ਵਿੱਚ ਯਾਤਰੀਆਂ ਨੂੰ ਲੈ ਕੇ ਨਹੀਂ ਚੱਲੀ, ਸਗੋਂ ਰੇਲਵੇ ਵਿਭਾਗ ਨੇ ਜਿੰਨੇ ਵੀ ਰੇਲਵੇ ਕਰੋਸਿੰਗ ਦੇ ਉੱਤੇ ਮੁਲਾਜ਼ਮ ਕੰਮ ਕਰਦੇ ਹਨ ਉਹਨਾਂ ਨੂੰ ਚੈੱਕ। ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੁਲਿਸ ਮੁਲਾਜ਼ਮਾਂ ਨੇ ਵੀ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਉਹਨਾਂ ਨੇ ਵੀ ਆਪਣੇ ਮੁਲਾਜ਼ਮਾਂ ਦੀ ਜੋ ਵੀ ਨਾਕਿਆਂ ਦੇ ਉੱਤੇ ਖੜ੍ਹੇ ਹਨ ਉਹਨਾਂ ਦੀ ਨਾਕਿਆਂ ਦੇ ਉੱਤੇ ਖੜ੍ਹੇ ਆ ਵੀ ਬਿਲਕੁਲ ਚੈਕਿੰਗ ਕਰਵਾਈ ਕਿ ਕੀ ਕਿਤੇ ਉਹਨਾਂ ਨੂੰ ਬੁਖਾਰ ਤਾਂ ਨਹੀਂ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹੋਰ ਪ੍ਰੋਬਲਮ ਤਾਂ ਨਹੀਂ। ਸੋ ਇਸ ਤਰ੍ਹਾਂ ਅੱਜ ਰੇਲਵੇ ਵਿਭਾਗ ਅਤੇ ਪੁਲਿਸ ਵਿਭਾਗ ਦੋਨਾਂ ਹੀ ਵਿਭਾਗਾਂ ਨੇ ਆਪਣੇ ਆਪਣੇ ਕਰਮਚਾਰੀਆਂ ਦੀ ਚੈਕਿੰਗ ਕਰਵਾਈ ਹੈ ਕਿ ਕੀ ਕਿਤੇ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ। ਜਲੰਧਰ ਤੋਂ ਕੀ ਨਾਂ ਤੁਹਾਡੇ ਤੇ ਕੀ ਗੱਲ ਅੱਜ ਹੋਈ ਹੈ ਜਿੱਥੇ ਇੱਥੇ ਫਾਟਕ 'ਚ ਰੁਕੇ ਗੱਡੀ ਰੁਕੇ ਸੈਨੇਟਾਈਜ਼ ਵਗੈਰਾ ਹੋਇਆ ਕੇਂਦਰ ਸਰਕਾਰ ਵੱਲੋਂ? ਮੇਰਾ ਨਾਮ ਜਿਤੇਂਦਰ ਮੀਣਾ ਹੈ। ਕੇਂਦਰ ਸਰਕਾਰ ਕੀ ਦੁਆਰਾ ਮੁਹਿੰਮ ਚਲਾਈ ਜਾ ਰਹੀ ਹੈ ਕੋਰੋਨਾ ਦੇ ਵਿਰੁੱਧ, ਜਿਸਕੇ ਜਾਗਰੂਕਤਾ ਕੇ ਲੀਏ ਦੋ ਮੈਡਮ ਆਈ ਥੀ, ਡਾਕਟਰ ਮੈਡਮ, ਜਿਨ੍ਹੋਂਨੇ ਹਮੇ ਜਾਗਰੂਕ ਕੀਆ ਕਿ ਕੋਰੋਨਾ ਸੇ ਏਕ ਮੀਟਰ ਕੀ ਕਮ ਸੇ ਕਮ ਦੂਰੀ ਬਣਾਏ ਰੱਖਣਾ ਹੈ, ਕਿਸੀ ਅਨਜਾਨ ਆਦਮੀ ਕੋ ਜਾਂ ਕਿਸੀ ਵੀ ਆਦਮੀ ਕੋ ਪਾਸ ਆਪਣੇ ਨਹੀਂ ਆਨੇ ਦੇਣਾ ਹੈ। ਐਨੀ ਟਾਈਮ ਸੈਨੇਟਾਈਜ਼ ਕਰਕੇ ਕਿਸੀ ਵੀ ਚੀਜ਼ ਕੇ ਹੱਥ ਲਗਾਓ, ਸੈਨੇਟਾਈਜ਼ਰ ਕਾ ਯੂਜ਼ ਕਰੋ। ਇਸ ਬਿਮਾਰੀ ਕਾ ਕੋਈ ਇਲਾਜ ਨਹੀਂ ਹੈ ਔਰ ਇਸਸੇ ਬਚਨੇ ਕੇ ਲੀਏ ਵਿਟਾਮਿਨ ਸੀ ਕੇ ਜੈਸੇ ਖੱਟੇ ਫਲ ਵਲ ਆਤੇ ਹੈ ਇਨਕਾ ਸੇਵਨ ਕਰੇ, ਯੋਗਾ ਕਰੇ, ਇਮਿਊਨ ਸਿਸਟਮ ਜੋ ਵੀ ਬੜਾ ਸਕਤਾ ਹੈ ਨਾ ਉਸ ਚੀਜ਼ ਕਾ ਇਸਤੇਮਾਲ ਕਰੇ ਔਰ ਇਸ ਲੜਾਈ ਸੇ ਹਮ
ਜੀ ਸਰ ਸਰ ਇੱਧਰ ਕੀ ਸੈਨੇਟਾਈਜ਼ ਕੀਤਾ ਗਿਆ ਜਾਂ ਕੀ ਮਤਲਬ ਟ੍ਰੇਨ ਵੀ ਚਲਾਈ ਸੀ ਕਿ ਟ੍ਰੇਨ ਕਦੇ ਲਈ ਆਈ ਸੀ ਟ੍ਰੇਨ ਚਲਾਈ ਸੀ ਇਸੇ ਲਈ ਆਈ ਸੀ ਸੈਨੇਟਾਈਜ਼ ਕਰਨ ਕੇ ਲਈ ਆਈ ਸੀ ਸੈਨੇਟਾਈਜ਼ ਕਰਨ ਕੇ ਹਾਂ ਔਰ ਕਿਤਨੇ ਡਾਕਟਰ ਟੀਮ ਸੀ ਸਰ ਤੁਹਾਡੇ ਦੋ ਡਾਕਟਰ ਸੀ ਦੋ ਡਾਕਟਰ ਦੋ ਹਾਂ ਦੋ ਲੇਡੀਜ਼ ਡਾਕਟਰ ਲੇਡੀਜ਼ ਡਾਕਟਰ ਸੀ ਤੇ ਹੋਰ ਕੀ ਜਾਣਕਾਰੀ ਦਿੱਤੇ ਕਿ ਕਿੱਦਾਂ ਕਿੱਦਾਂ ਮਤਲਬ ਹੋਰ ਕੀ ਜਾਣਕਾਰੀ ਦਿੱਤੇ ਇਸਕੇ ਬਚਾਅ ਕੇ ਲਈ ਮਾਸਕ ਬੰਨ ਕੇ ਰਹੋ ਜਬ ਵੀ ਇਹ ਟ੍ਰੇਨ ਕਹਾਂ ਸੇ ਔਰ ਕਹਾਂ ਤੱਕ ਚੱਲ ਰਹੀ ਹੈ ਯੇ ਮੇਰੇ ਖਿਆਲ ਸੇ ਜਲੰਧਰ ਸੇ ਲੇਕਰ ਪਠਾਨਕੋਟ ਤੱਕ ਜਾ ਕੇ ਆਈ ਹੈ ਜਹਾਂ ਤੱਕ जितने कर्मचारी है सबको जागरूक नहीं करते तब तक चले गए। ਜਲੰਧਰ ਤੋਂ ਅਜੇ ਅਤੇ ਭੋਗਪੁਰ ਤੋਂ ਪੀ ਸੀ ਰਾਵਤ ਅਤੇ ਸਚਿਨ ਅਗਰਵਾਲ ਇੰਪੋਰਟੈਂਟ ਸਟੈਪ ਹੈ।